ਵਾਹ ਏ ਰੱਬਾ, ਮੈਨੂੰ ਤਾਂ ਉਮੀਦ ਹੀ ਨਹੀਂ ਸੀ ਵੀ ਇੰਨੀ ਸੋਹਣੀ ਘਰਵਾਲੀ ਮਿਲ ਜੂ। ਇਹ ਤਾਂ ਨੀਰਾ ਚੰਨ ਦਾ ਟੁਕੜਾ ਹੈ, ਚੰਨ ਦਾ। ਹੋਰ ਸੁਣਾਓ ਜੀ, ਆਪਣਾ ਨਵਾਂ ਘਰ ਕਿਵੇਂ ਲੱਗਿਆ? ਘਰ ਤਾਂ ਹਲੇ ਮੈਂ ਦੇਖਿਆ ਨਹੀਂ, ਹਲੇ ਤਾਂ ਮੈਂ ਸਿਰਫ ਤੁਹਾਨੂੰ ਹੀ ਦੇਖਿਆ। ਕੋਈ ਨਾ ਜੀ, ਜੇ ਅੱਜ ਮੈਨੂੰ ਦੇਖਿਆ ਕੱਲ ਨੂੰ ਘਰ ਵੀ ਦੇਖ ਲਓਗੇ। ਨਾਲੇ ਐਂ ਦੱਸੋ, ਤੁਸੀਂ ਪੜ੍ਹੇ ਕਿੰਨੇ ਹੋ? ਮੈਂ ਤੇ ਜੀ 12 ਪੜ੍ਹੀ ਆ, ਤੁਸੀਂ ਕਿੰਨਾ ਪੜ੍ਹੇ ਹੋ? ਉਹ ਮੈਂ ਤਾਂ ਦੁਪਹਿਰ ਤੱਕ ਪੜ੍ਹਿਆ ਜੀ। ਦੁਪਹਿਰ ਤੱਕ? ਉਹ ਕਿਵੇਂ? ਉਹ ਸਵੇਰੇ ਤਾਂ ਮੇਰਾ ਬਾਪੂ ਸਕੂਲ ਛੱਡ ਕੇ ਆਇਆ ਤੇ ਦੁਪਹਿਰੇ ਮਾਸਟਰ ਸਪੈਸ਼ਲ ਘਰੇ ਛੱਡ ਕੇ ਗਿਆ। ਉਹ ਕਿੱਦਾਂ? ਇਹ ਅੰਡਰਗਰਾਉਂਡ ਗੱਲਾਂ ਨੇ ਜੀ, ਤੁਹਾਡੀ ਸਮਝ ਤੋਂ ਬਾਹਰ ਨੇ। ਚਲੋ ਛੱਡੋ ਜੀ, ਮੈਨੂੰ ਤੁਸੀਂ ਇਹ ਦੱਸੋ, ਤੁਸੀਂ ਕੰਮ ਕੀ ਕਰਦੇ ਹੋ? ਉਹ ਮੈਂ ਤਾਂ ਭੁੱਕੀ ਖਾਨਾ ਜੀ। ਹੈ ਭੁੱਕੀ? ਓਹੋ, ਤੂੰ ਤਾਂ ਸੀਰੀਅਸ ਹੀ ਲੈ ਗਈ, ਮੈਂ ਤਾਂ ਚੌੜੀ ਕਰਦਾ ਸੀ। ਹਾਏ ਹਾਏ, ਤੂੰ ਤਾਂ ਮੈਨੂੰ ਡਰਾ ਹੀ ਦਿੱਤਾ। ਹੋਰ ਜੀ, ਬੈਲ ਤਾਂ ਰੋਟੀ ਦਾ ਹੀ ਨਹੀਂ ਪੂਰਾ ਹੁੰਦਾ, ਭੁੱਕੀ ਖਾ ਕੇ ਕਿੱਥੇ ਜਾਵਾਂਗੇ? ਪੂਰੇ 5,000 ਰੁਪਏ ਹੋ ਰਹੇ ਨੇ ਡੋਡੇ। ਅੱਛਾ ਜੀ। ਹਾਂ ਜੀ, ਨਾਲੇ ਹੁਣ ਰਾਤ ਬਹੁਤ ਹੋ ਗਈ, ਆਪਾਂ ਸੋ ਜਾਂਦੇ ਹਾਂ, ਸਵੇਰੇ ਮੈਂ ਕੰਮ ਤੇ ਵੀ ਜਾਣਾ ਹੈ। ਹਾਂ ਜੀ। ਆਪਣੇ ਸਟੈਂਡ ਵਾਲੇ ਤਾਂ ਪਹਾੜਾਂ ਵੱਲ ਜਾਣ ਨੂੰ ਮੂੰਹ ਹੀ ਨਹੀਂ ਕਰਦੇ, ਕਹਿੰਦੇ ਪਹਾੜ ਡਿੱਗ ਜੂ ਉੱਪਰੋਂ ਪਹਾੜ। ਉਹ ਖਾ ਕੇ ਲੰਗਰ ਦੀਆਂ ਰੋਟੀਆਂ, ਸਾਰਾ ਦਿਨ ਨਿੰਮ ਥੱਲੇ ਪਏ ਰਹਿੰਦੇ ਨੇ, ਪਾਲੇ ਦੀ ਰੀਸ ਨਹੀਂ ਕਰ ਸਕਦਾ ਕੋਈ। ਮਹੀਨਾ ਮਹੀਨਾ ਨੀ ਜੇ ਵੱਖਾਂ ਦਾ ਮੂੰਹ ਦੇਖਦਾ। ਚੱਲ ਬਾਲੀਆਂ ਗੱਲਾਂ ਜੀਆਂ ਨਾ ਮਾਰ, ਰੋਟੀ ਬਣਾ ਲੈ, ਮੈਂ ਫਿਰ ਕੰਮ ਤੇ ਵੀ ਜਾਣਾ ਹੈ। ਠੀਕ ਹੈ ਜੀ, ਮੈਂ ਬਣਾਉਂਦੀ ਹਾਂ। ਹੋ ਗਏ ਜੀ ਤਿਆਰ ਤੁਸੀਂ? ਹਾਂ ਭਗਵਾਨੇ, ਤਿਆਰ ਤਾਂ ਮੈਂ ਹੋ ਗਿਆ, ਹੁਣ ਮੈਂ ਕੰਮ ਤੇ ਜਾਣਾ। ਐ ਕਰ, ਤੂੰ ਬਾਹਰ ਲਾ ਲੈ, ਆਲੇ ਦੁਆਲੇ ਮੇਰੇ ਸਾਰੇ ਸਾਰੇ ਠਰਕੀ ਨੇ। ਕੋਈ ਗੱਲ ਨੀ ਜੀ, ਤੁਸੀਂ ਟੈਨਸ਼ਨ ਫ੍ਰੀ ਹੋ ਕੇ ਜਾਓ, ਮੈਂ ਆਪੇ ਗੇਟ ਲਗਾ ਲੂੰਗੀ। ਲਾ ਲੂੰਗੀ ਨੀ, ਆ ਜਾ ਲਾਈ ਲੈ, ਮੈਂ ਮੋਟਰਸਾਈਕਲ ਬਾਹਰ ਕੱਢਦਾ। ਆ ਸੁੱਖਾ ਮੇਰਾ ਸਾਲਾ, ਇਹ ਵੀ ਨਹੀਂ ਮੋੜ ਕੇ ਆਇਆ ਵੀ ਸ਼ੀਸ਼ਾ ਤਾਂ ਮੋੜ ਆਈਏ। ਬਸ ਨਾ, ਇੱਥੇ ਖੜੇ ਨਾ ਆਹੀ ਸਾਰਾ ਕੁਝ ਕਰਦੇ ਰਹੇ ਹੋ। ਕੀ ਗੱਲ ਹੋ ਗਈ ਭਗਵਾਨ ਨੇ, ਕੀ ਤੱਤਾ ਖਾ ਲਿਆ? 2 ਸਾਲ ਹੋ ਗਏ ਆਪਣੇ ਵਿਆਹ ਨੂੰ, ਹਲੇ ਤੱਕ ਆਪਣੇ ਕੋਲ ਕੋਈ ਜਵਾਕ ਨਹੀਂ ਹੋਇਆ। ਲੋਕ ਪਤਾ ਮੈਨੂੰ ਕਿੰਨੇ ਤਾਨੇ ਮਾਰਦੇ ਆ, ਮੇਰਾ ਤਾਂ ਜੀਣਾ ਹੀ ਦੁੱਬਰ ਕਰ ਰੱਖਿਆ। ਉਹ ਕੋਈ ਨਾ ਭਗਵਾਨ ਨੇ, ਮੇਰੇ ਨਾਲ ਵੀ ਆਹੀ ਕੁਛ ਬਣ ਰਿਹਾ, ਤੂੰ ਟੈਨਸ਼ਨ ਨਾ ਲੈ, ਆ ਜਾ ਆਪਾਂ ਡਾਕਟਰ ਦੀ ਸਲਾਹ ਲਈਏ, ਆ ਜਾ। ਨਕਲੀ ਮਸ਼ੀਨਾਂ ਰੱਖੀ ਫਿਰਦੇ ਨੇ, ਉਹੀ ਮਾਰੀ ਜਾਂਦੇ ਨੇ ਝੂਠ, ਮੈਂ ਤਾਂ ਚੱਲਿਆ। ਹਾਏ ਹਾਏ ਰੱਬਾ, ਇੰਨੀ ਕਿਸਮਤ ਮਾੜੀ ਲਿਖੀ ਸੀ ਤੂੰ ਮੇਰੀ, ਇਹ ਸਾਰਾ ਕੁਛ ਮੇਰੀ ਕਿਸਮਤ ਵਿੱਚ ਹੀ ਲਿਖਿਆ ਹੋਇਆ ਸੀ। ਹਾਏ, ਜੇ 4-5 ਸਾਲ ਹੋਰ ਟੱਪ ਗਏ, ਲੋਕਾਂ ਨੇ ਤਾਂ ਮੈਨੂੰ ਬਾਂਝ ਕਹਿਣਾ, ਬਾਂਝ। ਮੈਂ ਨਹੀਂ ਇਹ ਗੱਲਾਂ ਸੁਣ ਸਕਦੀ, ਮੈਂ ਇੱਦਾਂ ਕਰਦੀ ਹਾਂ, ਮੰਮੀ ਨੂੰ ਫੋਨ ਕਰਕੇ ਉਹਦੀ ਸਲਾਹ ਲੈਂਦੀ ਹਾਂ। ਹੈਲੋ, ਉਹ ਹੋਰ ਭਾਈ ਘਰੀ ਹੋ? ਹਾਂਜੀ ਹਾਂਜੀ, ਘਰੇ ਆ। ਉਹ ਠੀਕ ਹੋ ਜੀ? ਹਾਂਜੀ। ਅਮਰੀਕਾ ਕਿੱਥੇ ਆ ਨਾਲੇ? ਅਮਰੀਕਾ ਗਿਆ ਤੇ ਕੰਮ ਨੂੰ ਸੀ। ਅੱਛਾ। ਪਰ ਮਾਲਕਾਂ ਨੇ ਬਾਗ 'ਚ ਭੇਜ ਦਿੱਤਾ। ਅੱਛਾ। ਸੁੰਡੀ ਬਹੁਤ ਹੋ ਰਹੀ ਆ ਪੌਦਿਆਂ ਨੂੰ, ਉੱਥੇ ਦਵਾਈ ਕਰਨ ਗਿਆ। ਉਹ ਚਲੋ ਜੀ, ਕਰੀ ਜਾਣਦੇ ਉਹਨੂੰ ਦਵਾਈ, ਅੱਜ ਤਾਂ ਫਿਰ ਤੁਸੀਂ ਇਕੱਲੇ ਹੋ ਘਰੇ। ਹਾਂਜੀ ਹਾਂਜੀ, ਅੱਜ ਚਾਹ ਪਿਲਾਨੀ ਆ। ਉਹ ਤੁਸੀਂ ਚਾਹ ਨੂੰ ਛੱਡੋ ਜੀ, ਮੇਰੀ ਗੱਲ ਸੁਣੋ, ਆਪਾਂ ਬ੍ਰੇਕ ਤੇ ਚੱਲਦੇ ਆ, ਉੱਥੇ ਮੈਂ ਤੁਹਾਨੂੰ ਕੌਫੀ ਪਿਆ ਕੇ ਲਿਆਉਣਾ, ਚਾਹ ਤਾਂ ਆਪਾਂ ਡੇਲੀ ਮੂਹੇ ਪੀਂਦੇ ਆ ਘਰੇ। ਚਲੋ ਚੱਲਦੇ ਆ। ਆਜੋ, ਸ਼ਾਮ ਤੱਕ ਕੀ ਆਊਗਾ ਉਹ ਤਾਂ ਨਾਲੇ। ਹਾਂ ਆਜੋ, ਜਲਦੀ ਆਜੋ। ਚਲੋ ਚਲੋ।
कल दी दिल बड़ा कच्चा कच्चा हो रहा है। कोई गलत चीज तो नहीं खाधी? नहीं नहीं, मैनू लगता खुशखबरी की गल है। अजय चलिए डॉक्टर साहब को। सुन दे नहीं जी, सुन लो। गल हो गई भगवान ने, मेरे बड़ी दर्द हुंदी पई है। मैनू लगता दिन पूरे हो गए, खड़ी हो अजय डॉक्टर से चलिए। ओ डॉक्टर साहब, हां जी। ओ बच्चा होने वाला है जी, दिन पूरे हो गए, तुसी छेती हल करो। इनन तो इमरजेंसी च एडमिट करना पड़ना है। छेती कर लो जी फिर। चलो। ए परमात्मा भली करी। ओ की होया जी डॉक्टर साहब? होना की सी, बधाइयां तैनू, मुंडा होया जी। अच्छा, तुसी एक मिनट बैठो जी, मैं हुणी मिठा मुंह करावा। हाय हाय, रब्बा किसे नु भेज दे। आ कौन है कुड़ी? की होया भाई तेनू? ओ ये तो पेट तो लग गई है, देखदा भाई की होया भाई तेनू। भाई मेरे बच्चा होने वाला, मेरे घर वाला मेनू छड्ड गया। उरे कोई गल नहीं भाई, जे तेरा घर वाला छड्ड गया मैं है गया, मैं संभाल लूंगा तेनू। आजा भाई। डॉक्टर साहब, डॉक्टर साहब, आ देखिए जी कुड़ी नू माड़ा जिहा दर्द होने लग रहा है जी, बच्चा होने वाला लगता है। ठीक है, एमरजेंसी च पा। कोई ना जी। बधाइयां सुनो जी, डिलीवरी हो गई, तुसी बाप बन गए। है डॉक्टर साहब? हां जी। ओ मेनू की कही जाने जी, मैं तो कोई बाप बूप नहीं हैगा जी उहदा। फिर तुसी कौन जी? डॉक्टर साहब मैं तो रस्ते जान लग रहा सी, बेचारी तड़फण लग रही सी, मैं इंसानियत तौर पर मदद की है, थोड़े को ले आया। फिर वो छोटा नाम लैन लग रही है? नहीं डॉक्टर साहब, तुसी पुछो उन्होंने समार के। ये तो पुलिस इनक्वायरी बन दी है। नहीं नहीं डॉक्टर साहब, तुसी पुलिस नु ना फोन करो जी। नहीं नहीं जी, इनफॉर्मेंट करनी पवेगी। नहीं नहीं जी, मैं तो मारे जाऊंगा जी, मदद करने वाले दी भी कोई ऐसी जी गल कर दंदा जी। हां जी इंस्पेक्टर साहब। डॉक्टर साहब फोन ना करो जी, तुसी मान लो जी, हुण तो फोन करता जी। बड़ा टाइम लगता जी डीएनए टेस्ट का? टाइम लग जाता जी। की बनया जी? ਇਹ ਬੰਦਾ ਸੱਚ ਬੋਲ ਰਿਹਾ ਹੈ। ਅੱਛਾ, ਹਾਂਜੀ। ਕਿਵੇਂ? ਇਹ ਬੰਦਾ ਤਾਂ ਕਿਤੇ ਬਾਪ ਹੀ ਨਹੀਂ ਬਣ ਸਕਦਾ। ਉਹ ਕਿਵੇਂ ਡਾਕਟਰ ਸਾਹਿਬ? ਇਹ ਤਾਂ ਜਨਮ ਤੋਂ ਹੀ ਨਾ ਮਰਦਾ ਜੀ। ਅੱਛਾ, ਹਾਂਜੀ। ਫਿਰ ਉਹ ਕੁੜੀ ਕਿੱਥੇ? ਕੁੜੀ ਝੂਠ ਬੋਲਦੀ ਹੋਣੀ? ਉਹ ਰੈਸਟ ਰੂਮ 'ਚ ਹੈ। ਚਲੋ ਫਿਰ ਉੱਥੇ ਚੱਲਦੇ ਹਾਂ। ਚਲੋ ਓਏ, ਆ ਜਾਓ ਜੀ। ਇਹੀ ਹੈ ਜੀ? ਹਾਂਜੀ ਇਹੀ ਨੇ। ਹੋ ਭਾਈ ਕੁੜੀ ਹੈ, ਖੜੀ ਖੜੀ ਹੋ ਭਾਈ। ਇਹ ਕੌਣ ਹੈ ਭਾਈ ਮੁੰਡਾ? ਜੀ ਇਹ ਮੇਰੇ ਘਰ ਵਾਲਾ। ਅੱਛਾ, ਚੱਲ ਮੰਨ ਲੈਂਦੇ ਹਾਂ ਭਾਈ। ਅਤੇ ਬੱਚਾ ਕਿਹਦਾ ਹੈ? ਉਹ ਕਿਉਂ ਝੂਠ ਮਾਰੀ ਜਾਂਦੀ ਹੈ ਭਾਈ? ਇਹ ਬੰਦਾ ਤਾਂ ਨਾ ਮਰਦਾ, ਇਹ ਤਾਂ ਕਦੇ ਬਾਪ ਹੀ ਨਹੀਂ ਬਣ ਸਕਦਾ। ਤੂੰ ਸੱਚ ਸੱਚ ਦੱਸ, ਕਿਹਦਾ ਇਹ ਬੱਚਾ? ਮੇਰੇ ਘਰ ਵਾਲਾ ਮੈਨੂੰ ਛੱਡ ਕੇ ਚਲੇ ਗਿਆ ਸੀ। ਫਿਰ
ਇਹਨਾਂ ਨੇ ਮੇਰੀ ਮਦਦ ਕੀਤੀ। ਅੱਛਾ, ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ, ਤਾਂ ਕਰਕੇ ਮੈਂ ਇਹਨਾਂ ਨੂੰ ਆਪਣੇ ਘਰ ਵਾਲਾ ਬਣਾ ਲਿਆ। ਅੱਛਾ, ਇਹ ਵਿਚਾਰੇ ਨੇ ਤੇਰੀ ਮਦਦ ਕਰੀ, ਤੂੰ ਇਹਨੂੰ ਫਸਾਤਾ, ਤਾਂ ਹੀ ਤਾਂ ਲੋਕ ਅੱਜ ਕੱਲ ਮਦਦ ਨਹੀਂ ਕਰਦੇ ਹੈਗੇ ਕਿਸੇ ਦੀ, ਤਾਂ ਹੀ ਰੋੜਾਂ ਤੇ ਬੰਦੇ ਮਰ ਜਾਂਦੇ ਨੇ। ਜੀ ਮੇਤੋਂ ਗਲਤੀ ਹੋ ਗਈ, ਮੈਨੂੰ ਮਾਫ ਕਰ ਦਿਓ। ਉਹ ਤੇਰੀ ਇੱਕ ਗਲਤੀ ਨੇ, ਆਹ ਗਰੀਬ ਬੰਦਾ ਮਰਵਾਤਾ ਹੁੰਦਾ ਜੇ ਅਸੀਂ ਇਨਵੈਸਟੀਗੇਸ਼ਨ ਨਾ ਕਰਦੇ, ਨਾ ਸਾਰੀ ਉਮਰ ਖਤਰ ਜੇਲ੍ਹ 'ਚ ਵਗ ਜਾਂਦਾ ਇਹ। ਤੂੰ ਐਂ ਦੱਸ ਚੱਲ, ਜਿਹੜਾ ਕੁਛ ਹੋਣਾ ਸੀ ਉਹ ਤਾਂ ਹੋ ਗਿਆ, ਮਤਲਬ ਇਹਨੂੰ ਥਾਂ ਹੈਗੀ ਹੈ ਕਿ ਨਾ ਹੋਣਾ? ਚੱਲ ਕੋਈ ਨਾ ਭਾਈ, ਤੈਨੂੰ ਅਸੀਂ ਸੰਸਥਾ ਦੇ ਵਿੱਚ ਛੱਡ ਦਾਂਗੇ। ਚੱਲ ਤੂੰ ਭੱਜ ਜਾ ਓਏ। ਹੁਣ ਤਾਂ ਮੈਂ ਜਾਂਦਾ ਜੀ। ਚੱਲ ਭੱਜ ਜਾ, ਚੱਲ ਆ ਜਾ ਭਾਈ। ਚਲੋ ਠੀਕ ਹੈ ਡਾਕਟਰ ਸਾਹਿਬ, ਧੰਨਵਾਦ ਜੀ। ਚਲੋ ਜੀ। ਤੈਨੂੰ ਮਾਰ ਦੂੰਗਾ ਅੱਜ। ਮੈਂ ਕੀ ਕਰਦੀ, ਲੋਕਾਂ ਦੇ ਤਾਨੇ ਮੇਣਿਆਂ ਤੋਂ ਮੈਂ ਅੱਕ ਚੁੱਕੀ ਸੀ, ਮੈਨੂੰ ਮਜਬੂਰਨ ਨੇ ਸਾਰਾ ਕੁਛ ਕਰਨਾ ਪਿਆ। ਨਾ ਇਹ ਕੁਛ ਕਰਦੇ ਤੈਨੂੰ ਸਮ ਨਹੀਂ ਆਈ, ਨਿਕਲ ਮੇਰੇ ਘਰੋਂ ਬਾਹਰ, ਮੇਰੇ ਸਾਈਏ ਇੱਕ ਵਾਰੀ ਮੇਰੇ ਵਾਸਤੇ ਸੋਚਣਾ ਦੀ। ਤੁਹਾਡੇ ਬਾਰੇ ਤੇ ਸੋਚਿਆ ਮੈਂ, ਤੁਸੀਂ ਦੱਸੋ ਜੇ ਗੱਲ ਬਾਹਰ ਨਿਕਲ ਜਾਂਦੀ ਤਾਂ ਮੇਰੇ ਮਾਂ ਪਿਓ ਨੇ ਮੈਨੂੰ ਦੂਜੀ ਥਾਂ ਤੇ ਵਿਆਹ ਦੇਣਾ ਸੀ, ਇਹ ਸਾਰਾ ਕੁਛ ਮੈਂ ਤੁਹਾਡੇ ਕਰਕੇ ਕੀਤਾ। ਜੇ ਮੇਰੇ ਕਰਕੇ ਕਰਨਾ ਸੀ, ਮੇਰੇ ਸਾਲੇ ਦੀ ਇੱਕ ਵਾਰੀ ਮੇਰੇ ਨਾਲ ਸ਼ੇਅਰ ਤਾਂ ਗੱਲ ਕਰ ਲੈਂਦੀ, ਆਪਾਂ ਬੱਚਾ ਗੋਦ ਲੈ ਲੈਂਦੇ, ਨਾ ਆਹੀ ਬਦਨਾਮੀ ਖੱਟਣੀ ਸੀ। ਨਿਕਲ ਮੇਰੇ ਸਾਈ ਮੇਰੇ ਘਰੋਂ ਬਾਹਰ, ਨਿਕਲ ਨਿਕਲ ਮੇਰੇ ਸਾਈ ਮੇਰੇ ਘਰੋਂ ਬਾਹਰ। ਨਿਕਲ ਮੇਰੇ ਨਾਲ, ਮੈਂ ਕਿੱਥੇ ਜਾਵਾਂਗੀ? ਖੋਲ ਲੋ ਗੇਟ, ਖੋਲ ਦੋ ਗੇਟ, ਖੋਲ ਲੋ ਗੇਟ, ਖੋਲ ਦੋ, ਖੋਲ ਲੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਪਣੀ ਨਵੀਂ ਵੀਡੀਓ ਆ ਚੁੱਕੀ ਆ, ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿੱਦਾਂ ਦੀ ਲੱਗੀ, ਅਤੇ ਨਵੀਆਂ ਨਵੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਤੁਹਾਡੇ ਲਈ ਅੱਗੇ ਅਸੀਂ ਵਧੀਆ ਵਧੀਆ ਕੰਸੈਪਟ ਲੈ ਕੇ ਆ ਰਹੇ ਹਾਂ, ਪਲੀਜ਼ ਦੇਖਣਾ ਨਾ ਭੁੱਲਿਓ। ਧੰਨਵਾਦ।